ਅਲੈਕੁਮ ਸਲਾਮ ਕੀ ਹਾਲ ਚਾਲ ਹੈ ਜੀ ਕਿਦਾਂ ਸਭ ਵਧੀਆ ਹਰ ਤਰ੍ਹਾਂ ਖੈਰੀਅਤ ਹੈ ਜੀ ਮੇਰੀਆਂ ਦੁਆਵਾਂ ਹਮੇਸ਼ਾ ਤੁਹਾਡੇ ਨਾਲ ਅੱਲਾਹ ਪਾਕ ਤੁਹਾਨੂੰ ਖੁਸ਼ ਰੱਖੇ ਅੱਲਾਹ ਪਾਕ ਤੁਹਾਡੇ ਅਮੀ ਅੱਬੂ ਤੇ ਭੈਣਾ ਭਰਾਵਾਂ ਤੇ ਮਾਮਿਆਂ ਚਾਚਿਆਂ ਬਾਬਿਆਂ ਤਾਇਿਆਂ ਤੇ ਸਭ ਤੇ ਆਪਣੀ ਰਹਿਮਤ ਰੱਖੇ ਜਿਉਂਦੇ ਵੱਸਦੇ ਰਹੋ ਰਜ ਰਜ ਕਮਾਓ ਤੇ ਰਜ ਰਜ ਖਾਓ ਤੇ ਰਜ ਰਜ ਹੰਡਾਓ ਅੱਲਾਹ ਕਦੇ ਵੀ ਤੁਹਾਨੂੰ ਲੋੜ ਦੀ ਥੋੜਨਾ ਦੇਵੇ ਬਹੁਤ ਬਹੁਤ ਸ਼ੁਕਰੀਆ ਮੇਰਾ ਚੈਨਲ ਸਬਸਕ੍ਰਾਈਬ ਕਰਨ ਦਾ ਜੇ ਹਾਲੇ ਤੱਕ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤੇ ਮੇਰਾ ਚੈਨਲ ਸਬਸਕ੍ਰਾਈਬ ਕਰੋ ਤੇ ਨਾਲ ਜਿਹੜਾ ਘੰਟੀ ਦਾ ਬਟਨ ਹੈ ਉਹਨੂੰ ਜ਼ਰੂਰ ਦਬਾਓ ਆ ਤੁਹਾਡੇ ਮਜ਼ੇ ਵਾਸਤੇ ਇੱਕ ਨਵਾਂ ਚੈਨਲ ਜਿਹੜਾ ਬਣਾਇਆ ਹੈ ਇਹਦਾ ਲਿੰਕ ਡਿਸਕ੍ਰਿਪਸ਼ਨਸ ਵੀ ਮੌਜੂਦ ਹੈ ਇਹਨੂੰ ਜਾ ਕੇ ਸਬਸਕ੍ਰਾਈਬ ਕਰੋ ਤੇ ਨਾਲ ਘੰਟੀ ਦਾ ਬਟਨ ਇਹਦਾ ਵੀ ਜ਼ਰੂਰ ਦਬਾਓ ਕਾਲ ਮਲੌਣ ਜਾ ਰਹੇ ਆਂ ਜੀ ਤਗੜੀ ਦੁਨੀਆ ਦੀ ਇੱਕ ਕਾਲ ਇੱਕ ਤਗੜਾ ਕਰੈਕਟਰ ਜਿਹਨੂੰ ਕਹਿੰਦੇ ਨੇ ਚਾਚਾ ਬਿਸ਼ਾਰਤ ਚਾਚਾ ਬਿਸ਼ਾਰਤ ਆ ਰਿਹਾ ਜੀ ਤੁਹਾਡੇ ਕੋਲ ਜ਼ਰਾ ਤਿਆਰ ਹੋ ਜਾਓ ਮਜ਼ੇ ਲੈਣ ਵਾਸਤੇ ਦਿਲ ਵਾਲਾ ਦੁੱਖੜਾ ਨਹੀਂ ਕਿਸੇ ਨੂੰ ਸੁਣਾਈਦਾ ਆਪਣੀਆਂ ਸੋਚਾਂ ਵਿੱਚ ਟੱਪੇ ਡੁੱਬ ਜਾਈਦਾ ਦਿਲ ਵਾਲਾ ਦੁੱਖੜਾ ਨਹੀਂ ਕਿਸੇ ਨੂੰ ਸੁਣਾਈਦਾ ਓਏ ਆਪਣੀਆਂ ਸੋਚਾਂ ਵਿੱਚ ਆਪੇ ਡੁੱਬ ਜਾਈ ਦਾ ਦਿਲ ਵਾਲਾ ਦੁੱਖੜਾ ਹਏ ਨਹੀਂ ਕਿਸੇ ਨੂੰ ਸੁਣਾਈ ਪੱਲੇ ਬੇ ਜਜ਼ਲਵਾਰ ਗਾਣਾ ਸੁਣਾ ਕੇ ਤੇ ਯਾਰ ਤੋਂ ਮੈਨੂੰ ਆਲਮਲਵਾਰ ਦੀ ਯਾਦਤਾ ਦੀ ਕਰਵਾਤੀ ਹਾਏ ਹਾਏ ਤੇਰੇ ਮੂਣੀ ਜੱਜ ਤੇ ਪੁੱਤ ਤੂੰ ਤੂੰ ਗਾਣਾ ਬਦਲ ਲਾ ਤੂੰ ਇਹਨੂੰ ਪੋਠਾ ਕਰ ਲਾ ਕੀ ਬਲਕੇ ਪੋਠਾ ਮਾਂ ਕਰ ਲੈਣਾ ਤੇਰੇ ਵਾਸਤੇ ਹੂੰ ਹਾਏ ਕੇ ਇਹ ਹੋ ਜਿਆ ਮੁਖੜਾ ਨੇ ਵਾਰ-ਵਾਰ ਬਖਾਈਦਾ ਲਾਣਦਰ ਡੱਬਾ ਵਾਰ-ਵਾਰ ਨਹੀਂ ਬੁਵਾਈਦਾ ਹਾਏ ਹਾਏ ਆਲਮਲਵਾਰ ਹੁਣ ਤੈਨੂੰ ਪਤਾ ਮਾਂ ਬਾਸ ਹੋਨੇ ਆ ਯਾਰ ਇਹਨੂੰ ਇਹ ਬੰਦਾ ਦਿਲ ਦੀਆਂ ਗੱਲਾਂ ਕਰਦਾ ਸੀ ਸੱਚੀਆਂ ਦੇਖੋ ਜੀ ਚਾਚਾ ਬਿਸ਼ਾਰਤ ਆ ਸਪੀਕਰਾਂ ਮੈਕਾਂ ਦਾ ਦੌਰ ਨਹੀਂ ਸੀ ਐਡੇ ਨੇ ਵੱਡੇ ਆਵਾਜ਼ ਅੱਗੇ 5-500 ਬੰਦਾ ਬੈਠਾ ਹੋਣਾ ਤੇ ਥੀਏਟਰ ਚੱਲ ਰਿਹਾ ਆ আলম ਲੋਹਾਰ ਦਾ ਆ ਨਾਲ ਬਾਲੀ ਜੱਟੀ ਹਾਂ ਹੈ ਵਾਹ ਤੇ ਨਾਲ ਨੈਸਨ ਭੱਟੀ ਦਾ ਥੀਏਟਰ ਹੈ ਮੇਲਾ ਲੱਗਾ ਹੈ ਤੇ ਉੱਥੇ ਜਨਾਬ ਹੀ ਰਾਜਾ ਬਣ ਕੇ ਆ ਰਹੇ ਨੇ ਲੈਲਾ ਮਜਨੂ ਕੈਰੈਕਟਰ ਸਾਹਮਣੇ ਮਤਲਬ ਖਾੜਾ ਲੱਗਾ ਆ ਜਬਾਨੀ ਯਾਦ ਕਰਾਤੀ ਐ ਏਡੇ ਏਡੇ ਵੱਡੇ ਗਲੇ ਏਡੇ ਏਡੇ ਵੱਡੇ ਆਵਾਜ਼ ਕੇ ਬਗੈਰ ਮੈਂਕ ਤੋਂ ਅਗਰ ਹਜ਼ਾਰ ਬੰਦਾ ਬੈਠਾ ਹੈ ਤੇ ਐਂਡ ਵਾਲੇ ਬੰਦੇ ਤੱਕ ਆਵਾਜ਼ ਜਾਣ ਢੀ ਤੇ ਫਿਰ ਇੰਜ ਦੀ ਐਕਟਿੰਗ ਤੋਬਾ ਪਾਲੀ ਕਮਾ ਕਰਨਾ ਓਏ ਹੋਏ 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 ਮੇਲਾ ਇਹੋ ਜੇ ਹੋਣਾ ਜਾ ਜਾ ਮਾ ਕੰਨਾ ਮੇਲਾ ਭੋਲਦਾ ਨਹੀਂ ਸੀ ਹੁੰਦੇ ਸਾਲ ਤੱਕ ਓਏ ਹੋਏ 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 ਆਪਾ ਮੋਰੇ ਜਿਹੜੇ ਪਿੰਡ ਦੇ ਹੁੰਦੇ ਸੀ ਸਾਣੇ ਸਾਣੇ ਉਹ ਬੈ ਜਾਣੇ ਆਹ ਤੇਰੇ ਤੇਰੇ ਜਿਹੜੇ ਮੂੜੇ ਲਾ ਕੇ ਉੱਤੇ ਬੈ ਜਾਂਦੇ ਹੁੰਦੇ ਸੀ ਵਾਜਾ ਮਾਰੀਆਂ ਬੁਲਾਇਆ ਕਈ ਵਾਰ ਮੈਂ ਵਾਜਾ ਮਾਰੀਆਂ ਤੇਰੀ ਸੁਣਦਾ ਕੌਣ ਬੁਲਾਇਆ ਕਈ ਵਾਰ ਮੈਂ ਓਏ ਕਿਸੇ ਨੇ ਮੇਰੀ ਗੱਲ ਨਾ ਸੁਣੀ ਓਏ ਵਾਜਾ ਮਾਰੀਆਂ ਤੇਰੀ ਗੱਲ ਭਲਾ ਕੌਣ ਹੀ ਕਿਸੇ ਸੁਣੇ ਹੂੰ ਵਾਟਮਈਆ ਬੇਟਾਂ ਵਿੱਚ ਹੈ ਕਾਕਾ ਹੋ ਜਾਣਾ ਦੇਣਾ ਤੂੰ ਉਹਨਾਂ ਦੇ ਸੱਜਣ ਨੂੰ ਬੁਲਾਉਣਿਆਂ ਨਾਲੇ ਵਿੱਚ ਓਏ ਓਏ ਕੀ ਹੋਇਆ ਉਹਨਾਂ ਕਾ ਵੀ ਆਵਾਜ਼ਾਂ ਮਾਰੀਆਂ ਬੁਲਾਈਆਂ ਬੁਲਾਇਆ ਕਈ ਵਾਰ ਤੁਹਾਨੂੰ ਇਹ ਆਲਮ ਲੋਹਰ ਸਾਹਿਬ ਜੀ ਜੋ ਸਿੰਧ ਗਏ ਸੀ ਲੱਤ ਟੁੱਟੀ ਸੀ ਨਾ ਹਾਂ ਇਹ ਉਦੋਂ ਫਿਰ ਹਸਪਤਾਲ 'ਚ ਉਹਨਾਂ ਨੂੰ ਆਮਦ ਹੋਈ ਸੀ ਤੁਹਾਨੂੰ ਇਹ ਵੀ ਵਾਕਿਆ ਦਾ ਪਤਾ ਹਾਂਜੀ ਹਾਂਜੀ ਮੈਨੂੰ ਪਤਾ ਹੈ ਉੱਥੇ ਇਹ ਉੱਥੇ ਆਈਟਮ ਜਿਹੜਾ ਹੋਇਆ ਸੀਗਾ ਕਿਸੇ ਦੀ ਲੱਤ ਟੁੱਟੀ ਤਾਂ ਸਬਕ ਲੈ ਲੈ ਯਾਰ ਕਿਉਂ ਤੰਗ ਕਰਦਾ ਰਹਿਣਾ ਹਏ ਮਾ ਅੱਗ ਇੰਨੇ ਦਿਨ ਹੋ ਗਏ ਘਰ ਯਾਰ ਪਾਇਆ ਤੂੰ ਮੇਰਾ ਪਤਾ ਹੀ ਕੋ ਨਹੀਂ ਲਿਆ ਕੀ ਹੈ ਕੋਈ ਨਹੀਂ ਯਾਰ ਹੁਣ ਦੇ ਲਈ ਕਰਦਾ ਸੋਚਿਆ ਵੀ ਮਹੀਨਾ ਦੋ ਮਹੀਨੇ ਨਾ ਕੰਮ ਛੱਡ ਕੇ ਤੇ ਘਰ ਹੀ ਬਵਾਂ ਅੱਛਾ ਆ ਤੇ ਹੁਣ ਯਾ ਮੰਜੀ ਤੂੰ ਪਿਆ ਛਾਂ ਮੇ ਕਰ ਲੈਣਾ ਛਾਂ ਮੇ ਧੁੱਪੇ ਕਰ ਲੈਣਾ ਮੁਰਕੇ ਅੰਦਰ ਕਰ ਲੈਣਾ ਮੰਜੀ ਤੇ ਇਹ ਜਿਹੜਾ ਨਾ ਰੱਬ ਰੱਬ ਚਾਚਾ ਬਿਸ਼ਾਰਤ ਤੇਰੇ ਮੇਰੇ ਜਿਹੜੇ ਵਿਛੋੜੇ ਆ ਨਾ ਹਾਂ ਇਹਨਾਂ ਨੂੰ ਖਤਮ ਕਰਨ ਲੱਗਾ ਤੇ ਮੁੱਕਦਾ ਜਾਂ ਜਿਹੜਾ ਪਾ ਆ ਗਿਆ ਵਿਛੋੜਾ ਫਿਰ ਉਹ ਉਹ ਵਿਛੋੜਾ ਹੀ ਕੀ ਹੋਇਆ ਜਿਹੜਾ ਮੁੱਕ ਚਪੇ ਯਾਰ ਨਹੀਂ ਨਹੀਂ ਇਹ ਮੁੱਕ ਜਾਣੇ ਕਿ ਹੁਣ ਉਹ ਕੱਲ ਨਾ ਚਾਚੇ ਨੇ ਆ ਕੇ ਫੈਸਲਾ ਕਰਾਇਆ ਘਰ ਦਾ ਘਰ ਦਾ ਤੇਰੇ ਘਰ ਦਾ ਹੂੰ ਕੀ ਹੋਇਆ ਉਹ ਕਹਿੰਦੇ ਭਾਈ ਤੂੰ ਨਿਕਲ ਜਾ ਇਥੋਂ ਵਿਹਲਾ ਐ ਤੂੰ ਟੈਨੂ ਕਹਿੰਦੇ ਆ ਹੂੰ ਤੇ ਮੈਂ ਉਹ ਖਰਾਬ ਹੋਣਾ ਦਾ ਮੈਂ ਕੱਲ ਆਇਆ ਤੁਹਾਡੇ ਮੱਲੇ ਮੈਂ ਕੁੰਡਾ ਖੜਕਾਇਆ ਮੁੰਡਾ ਵੱਡਾ ਤੁਹਾਡਾ ਨਿਕਲਿਆ ਸੀ ਉਹ ਕਹਿੰਦੇ ਅੱਬਾ ਜੀ ਦਵਾਈ ਲੈਣ ਗਏ ਚਾਚਾ ਬਿਸ਼ਰਤ ਮੇਰੇ ਬੱਲੇ ਲੱਗੀ ਆ ਯਾਰ ਤੋ ਕੋਈ ਹੋਰ ਤਾਂ ਖੜਕਾਤਾ ਹਣਾ ਕੁੰਡਾ ਤਾਂ ਲੱਗਾ ਹੀ ਨਹੀਂ ਮੇਰੇ ਉਹ ਘਰ ਮੈਂ ਮੁੰਡਾ ਮੇਰਾ ਤਾਂ ਮੁੰਡਾ ਨਹੀਂ ਇੱਥੇ ਆ ਗਿਆ ਬਈ ਪਾਏ ਆ ਪੁੱਤ ਕਿਹਦਾ ਬੂਆ ਖੜਕਾਤਾ ਉਹ ਕਿਹ ਕੋਈ ਭਾਈ ਨੰਬਰ ਵਾਲੀ ਸੀ ਹਾਂਜੀ ਭਾਈ ਨੰਬਰ ਤਾਂ ਚਿੰਨ ਤੁਹਾਡੇ ਸੁੱਖ ਚੈਨ ਦਾ ਬੂਟਾ ਨਹੀਂ ਲੱਗਾ ਤੁਹਾਡੇ ਘਰ ਅੱਗੇ ਆ ਲੱਗਾ ਤੇ ਉਹੋ ਹੀ ਘਰ ਆ ਨਹੀਂ ਉਹ ਗਏ ਸੀ ਕਿ ਕੁਝ 6:30 6:6 ਵਜੇ ਤੁਸੀਂ ਦਵਾਈ ਲੈਣ ਮੈਂ ਯਾਦ ਆ ਲੱਗੇ ਸੀਗਾ ਡਾਕਟਰ ਬਾਬਾ ਉਹਦੀ ਦੁਕਾਨ ਬਾਹਰ ਸੀ ਮੈਂ ਮੁੜ ਕੇ ਉਹ ਅੱਡੇ ਆਲੂ ਨਿਕਲ ਗਿਆ ਹੂੰ ਅੱਡੇ ਆਲੂ ਗਿਆ ਉਹਨੇ ਫੇ ਭਾ ਲਿਆ ਤੇ ਉਹ ਫਿਰ ਚਾ ਚੁੱਪੇਂ ਦੇ ਟਾਈਮ ਲੱਗ ਗਿਆ ਮੈਂ ਤਾਂ ਮੁੜਿਆ ਰਾਤੀ ਸ਼ਾਬਲ ਅੱਛਾ ਅੱਛਾ ਤਾਂ ਕੀ ਹੋਇਆ ਫਿਰ ਫੈਸਲਾ ਫੈਸਲਾ ਕੋਈ ਨਹੀਂ ਬਸ ਉਹ ਇਹ ਹੋਇਆ ਕਿ ਆਪਣਾ ਮੈਂ ਖਾਦਾ ਕੁਛ ਨਹੀਂ ਬਿਸਕਟ ਖਾਣ ਲਿਆ। ਆਹ ਕਮਾ ਵੀ ਇਹ ਕਾਂ ਜਿਹੜੀ ਆ ਇਹ ਬੋਲਣੋਂ ਬਗਾ ਰੈਂਦੀ ਤੇ ਨਹੀਂ ਇਹ ਚਰਨदाई ਲੱਗਦਾ। ਬਿਸਕਟ ਖਾਣ ਲਿਆ। ਬਿਸਕਟ। ਬਿਸਕਟ ਦਾ ਕੀ ਖਾਣਾ ਹੁੰਦਾ? ਬਾਬਾ ਕੋਈ ਖਾਇ ਬੰਦਾ ਕੋਈ ਚੱਜ ਦੀ ਖਾਂਦਾ ਕੋ ਕੋ ਸਾਲਨ ਰੋਟੀ ਖਾ ਕੋ ਮੱਖਣ ਕੋ ਦੁੱਧ ਛੋਤ। ਬਿਸਕਟ ਘੜਿਆ। ਬਿਸਕਟ ਗੋਲ ਜਿਆ ਹੈ ਪਤਾ ਨਹੀਂ ਕਿਹੜੇ ਮੈਂ ਨਾਂ ਤਾਂ ਨਹੀਂ ਲੈਣਾ ਬ੍ਰਾਂਡਿੰਗ ਨਾ ਹੋ ਜਵੇ। ਓ ਯਾਰ ਗੋਲ ਹੀ ਹੁੰਦੇ ਆ ਬਿਸਕਟ ਕਦੀ ਤੋਂ ਤਿੰਨ ਓਕਰ ਵਾਲੇ ਬਿਸਕਟ ਵੀ ਵੇਖੇ। ਸੋ ਕੋ ਦਿਖਾਈ ਦੇ ਹੁੰਦਾ ਇਹ ਮੈਂ ਗੱਲ ਚੰਗੇ ਆ ਇਹ ਗੱਲ ਮੈਂ ਬੜੇ ਚਿਰ ਪਹਿਲੇ ਨਾ ਕੋ 15 ਸਾਲ ਪਹਿਲੇ ਰੇਡੀਓ ਤੇ ਸਿੱਕੀ ਸੀ ਕਿ ਬ੍ਰਾਂਡ ਦਾ ਨਾਂ ਨਹੀਂ ਲਈਦਾ ਅੱਛਾ ਕਾਹਦਾ ਨਾ ਨਹੀਂ ਲੋਜਦਾ ਅੱਛਾ ਤੇ ਚਾ ਵੀ ਸ਼ਾਇਦ ਤੇ ਜਿਹੜਾ ਤੁਹਾਡੇ ਤੋਂ ਗਲੀ ਅੱਗੇ ਚਲੇ ਗਏ ਸਿੱਧੇ ਹਾਂ ਚਲਾ ਕੇ ਅੱਗੋਂ ਖੱਬੇ ਹੱਥ ਮੋੜਨਾ ਹੈ ਮੋੜ ਕੇ ਜਿਹੜਾ ਪੁਲਿਸ ਵਾਲਿਆਂ ਦਾ ਘਰ ਨਹੀਂ ਉਹ ਜ਼ਬਾਰ ਦਾ ਹਾਂਜੀ ਉਹਨਾਂ ਨੇ ਨਾਲ ਦਾ ਜਿਹੜਾ ਕਿਰਾਏ ਦਾ ਘਰ ਉਹਨਾਂ ਦਾ ਕਿਰਾਇਆ ਦੇਂਦੇ ਘਰ ਸਾਈ ਹਾਂਜੀ ਉਹ ਮੈਂ ਕਿਰਾਏ ਤੇ ਲੈ ਲਿਆ ਆ ਬਹੁਤ ਜਿਹੇ ਥੱਲੇ ਦੁੱਧੀਆਂ ਲਕਾਨ ਹਾਂਜੀ ਆਪਣੇ ਵਾਸਤੇ ਹਾਂ ਆਪਣੇ ਆਪ ਮੇਰੇ ਲਾਗੇ ਲਾ ਲੈ ਹੂੰ ਮੈਂ ਹੁਣ ਕਿਤੇ ਲਾਗੇ ਲਾਵਾਂ ਮੈਨੂੰ ਵੀ ਦੱਸ ਨੰਬਰ ਇਹ ਸ਼ੇਰਦਾਰ ਦਾ ਲਾਗੇ ਤੂੰ ਹੁਣ ਮੇਰੇ ਕੋਲ ਆ ਗਿਆ ਯਾਰ ਤੇ ਸਚੀ ਮੁਚੀ ਲੈ ਲਿਆ ਸਚੀ ਮੁਚੀ ਲੈ ਲਿਆ ਤੇ ਪੇਟੀਆਂ ਪੂਟੀਆਂ ਤਾਂ ਕੱਲ ਮੈਂ ਰੱਖ ਗਿਆ ਸੀਗਾ ਸਾਈ ਸ਼ਾਬਾਸ਼ ਠੀਕ ਆ ਤੇ ਬਾਕੇ ਘਰੋਂ ਕੱਢ ਦਿੱਤਾ ਹਾਂ ਉਹ ਕਹਿੰਦੇ ਭਾਈ ਇਥੇ ਵਿਹਲਿਆਂ ਦੀ ਕੋਈ ਇਸ ਘਰ 'ਚ ਲੋੜ ਨਹੀਂ ਐ ਕਢਾਇਆ ਕਿੰਨੇ ਕਰੋ ਇਹ ਚਾਚਿਆਂ ਤਾਇਿਆਂ ਨੇ ਸ਼ਰੀਕਾਂ ਨੇ ਕਢਾਇਆ ਹੋਰ ਮੈਨੂੰ ਕਿੰਨੇ ਕਢਾਉਣਾ ਤੇ ਹੁਣ ਇਥੋਂ ਮੈਂ ਕਢਾਵਾਂ ਫਿਰ ਮੈਨੂੰ ਵੀ ਨਹੀਂ ਨਾ ਇਹੋ ਜਿਹਾ ਚਾਹੀਦਾ ਨਾ ہمسਾਇਆ ਨਾ ਬਹੁਤ ਦੂਰ ਦਾਇਆ ਨਾ ਕੋਈ ਵੀ ਯਾਰ ਮੈਰੇ ਕੋਲ ਲਾਹੀਂ ਯਾਰ ਚਾਚੇ ਮੈਂ ਤੈਨੂੰ ਕਾ ਦਿੱਤਾ ਨਹੀਂ ਨਹੀਂ ਤੇ ਕੱਲ ਨੂੰ ਮੈਂ ਲੈ ਕੇ ਆਉਣੀ ਮੱਝ ਮੱਝ ਲੈ ਆਉਣੇ ਹਾਂ ਆ ਗਏ ਮੱਝ ਜੋਕਾ ਨਹੀਂ ਮੱਝ ਹੈਗੀ ਆਪਣੇ ਕੋਲ ਤੇਰੇ ਕੋਲ ਹਾਂਜੀ ਮੱਝ ਮੇਰੇ ਕੋਲ ਉਹ ਮੱਝ ਦਾ ਕੀ ਕਰਦਾ ਦੁੱਧ ਦਿੰਦੀ ਹੈ ਉਹ ਚੋਂ ਇਹ ਆ ਕਿ 6-7 ਕਿਲੋ ਦੇਂਦੀ ਹੈ ਸਵੇਰ ਹਾਂ 6-7 ਕਿਲੋ ਸ਼ਾਮ ਨੂੰ ਮੈਂ ਚਾਹੁੰਦਾ ਕਿ ਆਪ ਦੇ ਜਾਂਦੀ ਨਹੀਂ ਨਹੀਂ ਮੈਂ ਚਾਹੁੰਨਾ ਆਪ ਚਾਹੁੰਨਾ ਮਮਾ ਕਾ ਖਰੇ ਆਪ ਹੀ ਆ ਕੇ ਦੇ ਜਾਂਦੀ ਹਾਂ ਤੇ ਉਹ ਇਹ ਆ ਕਿ ਪਹਿਲੇ ਤੇ ਆਪਣੇ ਮਹੱਲੇ 'ਚ ਠੀ ਨਾਲ ਨਾ ਜਿਹੜਾ ਸਾਡਾ ਘਰ ਆ ਨਾ ਹਾਂ ਉਹਦੇ ਨਾਲ ਇੱਕ ਪਲਾਟ ਵਿਹਲਾ ਸੀ ਉਹ 'ਚ ਵੱਜੀ ਰਹਿੰਦੀ ਸੀ ਅੱਛਾ ਅਗਲੇ ਮੈਨੂੰ ਕਹਿੰਦੇ ਭਾਈ ਚੋਕ ਆਪਣੀ ਮੱਝ ਤੇ ਨਗਰ ਆ ਜਾ ਸੁੱਕ ਸਰਤੇ ਦਾ ਜਿੱਥੇ ਦਿਲ ਕਰਦਾ ਜਾ ਓਏ ਆਓ ਇਦਾਂ ਕੋਣ ਬੜਨ ਦਿੰਦਾ ਮਾਜੀ ਹਾਰੇ ਕੋ ਡੇਰਾ ਸ਼ਰਾ ਹੋਣਾ ਚਾਹੀਦਾ ਜਾ ਜਾ ਹਾਂ ਤੇ ਮੈਂ ਮੁੰਡੇ ਤੁਹਾਡੇ ਨੂੰ ਕੱਲ ਪੁੱਛਿਆ ਮੈਂ ਕਿਹਾ ਸੁਣਾਓ ਅੱਬੂ ਦਾ ਕਹਿੰਦੇ ਜੀ ਬਸ ਇਹ ਆ ਕਿ ਸਵੇਰੇ 10 ਵਜੇ ਬਾਹਰ ਬਿਠਾ ਦੇਈਦਾ ਬਿਠਾ ਦੇਈਦਾ ਕਿ ਮੈਂ ਤੋਤਾ ਵਾਂ ਉਹ ਮੈਂ ਆਪਣੀ ਮਰਜ਼ੀ ਨਾਲ ਬੈਣਾ ਉਹਨਾਂ ਦੀ ਮਰਜ਼ੀ ਨਾਲ ਬੈਣਾ ਹਾਂ ਕਹਿੰਦੇ ਫਿਰ ਇਹ ਆ ਕਿ ਧੁੱਪ ਧੁੱਪ ਸੇਕਦੇ ਰਹਿੰਦੇ ਚਾਚਾ ਜੀ ਕਿਉਂ ਹੁਣ ਚਾਚਾ ਜੀ ਗਿੱਲੇ ਹੋ ਜਾਂਦੇ ਆ ਧੁੱਪ ਧੁੱਪ ਸੇਕਦੇ ਰਹਿੰਦੇ ਸੁੱਕਦੇ ਮਾਂ ਆਪਣੀ ਮਰਜ਼ੀ ਨਾਲ ਬੈਨਾ ਮੇਰਾ ਦੂ ਘਰਦਾ ਆਂਦਾ। ਉਹ ਕਹਿੰਦੇ ਮੂਲੀਆਂ ਵਾਲਾ ਲੰਗਦਾ ਉਹਨੂੰ ਕਹਿੰਦੇ ਮੂਲੀ ਨੂੰ ਲੂਣ ਲਾ ਕੇ ਦੇ ਦੇ ਮੈਨੂੰ। ਮੂਲੀ ਨੂੰ ਲੂਣ ਲਾ ਮੁਰਗੇ ਸਾਰੀ ਰਾਤ ਰਜਾਈ ਦੇ ਵਿੱਚ ਸ਼ੁਗਲ ਮੇਲਾ ਲਗਾ ਰਵੇ। ਮਾਂ ਨਹੀਂ ਖਾਂਦਾ ਮੂਲੀ। ਤੇ ਉਸ ਤੋਂ ਬਾਅਦ ਕੋਈ ਹਲਵੀ ਉਹ ਜਿਹੜਾ ਲੋਰੀ ਪੂੜੇ ਵਾਲਾ ਲੰਗਦਾ ਆ ਕੋਈ ਬਿਸਕੁਟਾਂ ਵਾਲਾ ਲੰਗਿਆ ਕੋਈ ਮਰੂਦਾਂ ਵਾਲਾ ਲੰਗਿਆ ਤੇ ਲੈ ਲੈ ਕੇ ਖਾਂਦੇ ਰਹਿੰਦੇ ਲੂਣ ਲੂਣ। ਸਾਰਾ ਕੁਝ ਮੇਰੇ ਮੁੰਡੇ ਨੇ ਕਿਹਾ। ਹਾਂ। ਲਾ ਹੁਣ ਮਾਂ ਵੀ ਸਾਰਾ ਕੁਝ ਦੱਸਾਂ ਫੇਰ ਉਹਦਾ। ਨਹੀਂ ਨਹੀਂ। ਹਾਂ। ਤੇ ਇਹ ਆ ਕਿ ਸੱਚੇ ਬਿਸ਼ਾਰਤ ਹੁਣ ਆਪਾਂ ਨਾ ਰੋ ਇਹ ਆ ਕਿ ਮੈਂ ਹੁਣ ਥੋੜੇ ਦਿਨ ਤੂੰ ਮੇਰੇ ਕਢਾਉਣੇ ਆ ਸੱਚੀ ਮੁੱਛੀ ਤੋ ਐਸੇ ਲੱਗਿਆ ਸੱਚੀ ਇਹਦੇ ਚ ਮਜ਼ਾਕ ਕਾ ਦੀ ਮਜ਼ਾਕ ਤਿੰਨ ਕਿਰਾਏ ਮੈਂ ਦਿੱਤੇ ਐਡਵਾਂਸ ਠੀਕ ਹੈ ਨਾ ਕਿੰਨਾ ਕਿਰਾਇਆ ਉਹਦਾ ਕਿਰਾਇਆ 3500 3500 ਹਾਂ ਇਹ ਤੂੰ ਦੇਣਾ ਮੈਂ ਦੇਣਾ ਇੱਕ ਕਮਰਾ ਤੇ ਇੱਕ ਬਾਤ ਆ ਬਸ ਅੱਲਾ ਅੱਲਾ ਖੈਰ ਸੇ ਲੈ ਤੇ ਜੇ ਗੁਜ਼ਾਰਾ ਹੋ ਜੂ ਤੈਨੂੰ ਆਹ ਆਰਾਮ ਨਾਲ ਗੁਜ਼ਾਰਾ ਹੋ ਜਾਣਾ ਮੱਝ ਦੀ ਅੰਦਰ ਜਗ੍ਹਾ ਨਹੀਂ ਹੈ ਬੰਨਣ ਦੀ ਹਾਂ ਤੇ ਕਿਤੇ ਨਾਲ ਵੈਸੇ ਵੀ ਗੋਹਾ ਗੂਹਾ ਕਰੂਗੀ ਤੇ ਫਿਰ ਅੰਦਰ ਮਾਮਲਾ ਖਰਾਬ ਹੋਊਗਾ ਉਹ ਮੈਂ ਚਾਚਾ ਬਿਸ਼ਰਾਤ ਨੂੰ ਫੋਨ ਇਸ ਵਾਸਤੇ ਕੀਤਾ ਸੀ ਹਾਂ ਬਾਲ ਕਿ ਮੈਨੂੰ ਪਤਾ ਲੱਗਾ ਨਾ ਕਿ ਤੂੰ ਦਿਨੇ ਬਾਹਰ ਬੈਠਾ ਰਹਿਣਾ ਉਹ ਤਾਂ ਬੈਨਾ ਯਾਰ ਹੁਣ ਕੀ ਮੈਂ ਮੈਂ ਵੀ 10 ਵਜੇ ਕੰਮ ਤੇ ਜਾਣਾ ਹੁੰਦਾ ਨਾ ਤੇ ਤੂੰ ਕੰਮ ਤੇ ਵੀ ਜਾਣਾ ਹਾਂ ਤੇ ਮੈਂ 4 ਵਜੇ ਆ ਜੰਨਾ ਅੱਛਾ ਤੇ ਇਹ ਆ ਕਿ ਜਾਣ ਲੱਗਿਆ ਨਾ ਹਾਂ ਮੈਂ ਮੱਝ ਜੜੀ ਹੈ ਤੇਰੇ ਜਿਹੜਾ ਜਿਹੜੇ ਮੰਜੇ ਤੇ ਤੂੰ ਬੈਨਾ ਉਹਦੇ ਪਾਵੇ ਨਾ ਬਣ ਜਾਇਆ ਕਰੂੰਗਾ ਨਹੀਂ ਮੈਂ ਤੇਰੀ ਜਿਹੜੀ ਮੱਝ ਆ ਹਾਂ ਕਾ ਕੇ ਆਉਣੀ ਤੋਂ ਨਾਲ ਹੀ ਤੇ ਉਹ ਉਹਦਾ ਕੀ ਕਰਨਾ ਕੀ ਕਾ ਕਾ ਕਹਿ ਗਿਆ ਪੁੱਛਿਆ ਬੰਤੇ ਸਮਝ ਨਹੀਂ ਆਇਆ ਮੈਂ ਕਹਿ ਰਿਹਾ ਜਿੱਲੇ ਮੈਂ ਕੰਮ ਤੇ ਜਾਇਆ ਕਰੂੰਗਾ ਨਾ ਅੱਛਾ ਤੇ ਮੱਝ ਦੀ ਰੱਸੀ ਆ ਜਿਹੜੇ ਤੇਰੇ ਮੰਜੇ ਨਾਲ ਬਨ ਜਾਇਆ ਕਰੂੰਗਾ ਮੱਝ ਦੀ ਰੱਸੀ ਹਾਂ ਮੱਝ ਸਮੇਤ ਕਾ ਕਰਲੀ ਰੱਸੀ ਮੱਝ ਸਮੇਤ ਮੱਝ ਸਮੇਤ ਮੇਰੀ ਮੱਝ ਹਾਂ ਤਗੜੀ ਮੱਝ ਹੈ ਅੱਲਾ ਦਾ ਲੱਖ ਲੱਖ ਸ਼ੁਕਰ ਹੈ ਨੀਲੀ ਦੀ ਮੱਝ ਆ ਬਹੁਤ ਤਗੜੀ ਨੀਲੀ ਦੀ ਮੱਝ ਹਾਂਜੀ ਤਾਂ ਮੇਰੇ ਮੰਜੇ ਨਾਲ ਕ ਬੰਨੀ ਮਤਲਬ ਤੂੰ ਸਰਦਨ ਉਹਦੀ ਰਾਖੀ ਕਰੀ ਜਾਇਆ ਕਰੀ ਤੇ ਸ਼ਾਮ ਨੂੰ 4 ਵਜੇ ਆ ਕੇ ਆਮਨ ਅਤਰ ਕੋਸੀ ਵਾਪਸ ਲੈ ਲਿਆ ਕਰਾਂਗੇ ਆਪਣੀ ਮੈਂ ਕੋਲਾ ਤੇ ਦਾੰਦਣਾ ਪੜਾ ਲਈ ਸਮਝ ਆਈ ਆ ਫੇ ਸ਼ੁਰੂ ਹੋ ਗਿਆ ਯਾਰ ਤੂੰ ਮੇਰੀ ਮੱਝੀ ਨਾ ਕਾਲੀ ਬਣੀ ਹੈ ਬਈ ਤੇਰੀ ਨੀਲੀ ਦੀ ਮੱਝ ਮੜ ਕੇ ਮੱਝ ਹੁੰਦੋ ਕਹਿੰਦਾ ਤਗੜੀ ਆ ਨੀਲੀ ਦੀ ਮੱਝ ਹਾਂਜੀ ਹਾਂਜੀ ਅੱਲਾ ਦਾ ਸ਼ੁਕਰ ਆ ਕਿ ਮੇਰੇ ਜਿੱਡਾ 6 ਫੁੱਟ ਤੱਕ ਦਾ ਮੱਝ ਦਾ ਉਹ ਯਾਰ ਮੇਰੀ ਮੱਝ ਨਾਲ ਗੱਲੀ ਉਹ ਗੱਲ ਕਰੀ ਜਾਂਦਾ ਮੈਂ ਆਪਣਾ ਰਾਮ ਕਰਨਾ ਹੁੰਦਾ ਉਹ ਨੀਲੀ ਦੀ ਮੱਝ ਤੇਰੀ ਮੈਂ ਆਪਣੀ ਮੱਝ ਦਾ ਬਲ ਮੋੜ ਕੇ ਮੱਝ ਮੈਨੂੰ ਧੂਕੇ ਪੂਰੀ ਗਲੀਆਂ ਚ ਲਈ ਭਰੇ ਤੇ ਨੀਲੀ ਦੀ ਮੱਝ ਮੇਰੇ ਨੀਲ ਭਾ ਦੇ ਉਹ ਭਾਬ ਅੰਮੀ ਤਮਾਖ ਖਰਾਬ ਹੋਰੀ ਜਾਂਦਾ ਯਾਰ ਤੇ ਇਹ ਆ ਕੇ ਬੱਸ ਕਿਲੇ ਨਾਲ ਬਲ ਮੱਝ ਬਟੇ ਮੂੰਹ ਲਾ ਦਸ ਨਹੀਂ ਨਹੀਂ ਕਿਲੇ ਨਾਲ ਨਹੀਂ ਆਪਾਂ ਬਟਣੀ ਹਾਂ ਇਹ ਆ ਕੇ ਤਜਬ ਇਸ਼ਾਰਾ ਤੇਰੇ ਮੰਜੇ ਨਾਲ ਬੰਦਿਆ ਕਰਨੀ ਹਾਂ ਤੇ ਜਿਹੜੇ ਜਿਹੜੇ ਮਹੱਲੇ ਤੁਸੀਂ ਫਿਰਨਾ ਹੋਇਆ ਕਰਿਆ ਮਾਜਰ ਨੇ ਤੇ ਤੂੰ ਫਰੀ ਜਾਇਆ ਕਰੀ ਉਹ ਰਾਤ ਨੂੰ ਅਸੀਂ ਸ਼ਾਮ ਨੂੰ ਮੇਰੇ ਮਾਜਰ ਨਾਲ ਕਾਲੀ ਯਾਰ ਫਿਰ ਜਾਇ ਤੋ ਮੇਰੇ ਮਾਜਰ ਨੇ ਮੰਜੇ ਨੇ 10 ਯਾਰ ਮੇਰੇ ਮਾਜਰ ਨੇ ਜੰਮੀ ਆ ਮਾਜ ਤੂੰ ਮੇਰੀ ਮੰਜੀ ਨਾਲ ਮੇਰੀ ਮੰਜੀ ਤਾਂ ਹੈਗੀ ਹਲਕੀ ਜੀ ਯਾਰ ਅੱਗੇ ਚੂਲੋ ਦੀ ਹਿਲਦੀ ਨਾ ਬੂ ਇਹ ਆ ਕਿ ਫੋਨ ਚਾਚਾ ਬਿਸ਼ਰਤ ਤੇਰੇ ਕੋਲ ਆ 4 ਵਜੇ ਠੀਕ 4 ਵਜੇ ਤੂੰ ਮੈਨੂੰ ਫੋਨ ਕਰ ਦਿੱਤਾ ਕਿ ਵੀ ਤੇਰੀ ਮੱਝ ਮੈਨੂੰ ਲੈ ਕੇ ਇਸ ਟਾਈਮ ਫਲਾਣੇ ਮਹੱਲੇ 'ਚ ਸੈਰ ਕਰ ਰਹੀ ਏ ਤੇ ਮੈਨੂੰ ਉੱਥੇ ਆ ਕੇ ਮੱਝ ਸਮੇਤ ਲੈ ਜਾਊਗਾ ਓਏ 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 ਕੋ ਮੱਝ ਨੂੰ ਹੱਥ ਮਾਰ ਅੱਗੇ ਤੋਰੇ ਨੂੰ ਦਬਾ ਓ ਵਾ ਮਾਰਾ ਕਾ ਬੇ ਤਾ ਬੋਠਿਆ ਗਤੀ ਸੱਡੀ ਅਗਲਾ ਕ ਪਤਾ ਹੀ ਗਈ ਗਈ ਇਹਦਾ ਦਾਬੜਾ ਤੈਨੂੰ ਮੈਂ ਕਿ ਦੇ ਦੇਣਾ ਓ ਤਾਂ ਦਾਬੜਾ ਤੇ ਮੈਂ ਕਿ ਨਾ ਤੇਰੀ ਮੱਝ ਤੇ ਭਰਤੀ ਪਾਉਣੀ ਹੈ ਨਹੀਂ ਨਹੀਂ ਹਾਂ ਓਇਆ ਕਿ ਨਾਲ ਇਹ ਆ ਕਿ ਤੇਰਾ ਵੀ ਚਲੋ ਰਿਜ਼ਕ ਚੱਲ ਜਾਊਗਾ ਤੇਰਾ ਰਿਜ਼ਕ ਹੋਇਆ ਕਰਾਣੇ ਤਾਂ ਕਾਂ ਪਾ ਕੇ ਦਿੱਤੀ ਮੱਝ ਨੂੰ ਤੋ ਓਏ ਇਹ ਆ ਕਿ RAMNAK ਸਾਰਾ ਦਿਨ ਗੋਹਾ ਇਕੱਠਾ ਕਰੀ ਗਿਆ ਮੰਜੇ ਦੇ ਉੱਤੇ ਹੀ ਵੱਡੇ ਸਾਰੇ ਛਾਪਰ ਚ ਇਕੱਠੇ ਕਰੀ ਗਿਆ ਰਾਤ ਸ਼ਾਮ ਨੂੰ ਆ ਕੇ ਪਾਥੀਆਂ ਇਕੱਠੀਆਂ ਮਤਲਬ ਥੱਪੀਆਂ ਸ਼ਾਮ ਨੂੰ ਆ ਕੇ ਪਾਥੀਆਂ ਥੱਪੀਆਂ ਸਵੇਰੇ ਕਿਸੇ ਵੀ ਮਾਈ ਨੂੰ ਮਤਲਬ 100 ਥਾਪੀ ਵੇਚਦੀ 500 ਰੁਪਏ ਇਹ ਆ ਕੇ ਵੇਲਿਆਂ RAMNAK ਮਤਲਬ ਕਿ ਕਮਾਈ ਨਾ ਹਿੰਗ ਲੱਗੇ ਨਾ ਫਟਕੜੀ ਅੱਛਾ ਮਤਲਬ ਕਿ ਪਾਥੀਆਂ ਥੱਪੀਆਂ ਮਾੜੀਆਂ ਮੜੀਆਂ ਤੇ ਕੰਦਾ ਨਾ ਲਾਤੀਆਂ ਇੱਥੇ ਰੱਖ ਜਿੱਲੇ ਸੁਕੀਆਂ ਪਰ ਮੈਨੂੰ ਨਾਲੇ ਇਹ ਆ ਕਿ ਕਿਤੇ ਜਾਣਾ ਵੀ ਨਹੀਂ ਪੈਣਾ ਸੌਦਾ ਵੇਚਣ ਨਹੀਂ ਨਹੀਂ ਇਹ ਆ ਕਿ ਸੌਦਾ ਅਗਲੇ ਨੇ ਘਰੋਂ ਆ ਕੇ ਲੈ ਜਾਣਾ ਆਏ ਆਏ ਬਕਵਾਸ ਬਕਵਾਸ ਬੰਦ ਕਰ ਪੁੱਤ ਮੇਰੀ ਇੱਕ ਬਕਵਾਸ ਸੁਣ ਲੈ ਲਾ ਪਹਿਲੇ ਮੈਂ ਉਹਦਾ ਕੋਹਾ ਕਾਲੀ ਇਕੱਠਾ ਕਰਨਾ ਤੇ ਉਹਦਾ ਗਵਾਚਾ ਕੋਹਾ ਮੈਂ ਇਕੱਠਾ ਕਰਦਾ ਫਿਰ ਉਹਦਾ ਕੋ ਹੱਥ ਲੈ ਢਿੱਕ ਟੁੱਟ ਜਾਂਦਾ ਜਿਹੜਾ ਮੈਂ ਇਕੱਠਾ ਕਰਦਾ ਫਿਰ ਕੋ ਕੋ ਮੈਂ ਨਾ ਮੈਂ ਸੋ ਸੋਣਾ ਹੁੰਦਾ ਮੇਰੇ ਤੋਂ ਸਰਾੜੇ ਮੱਝ ਬੰਦ ਦੇਣੀਆਂ ਆ ਮੁੜ ਕੇ ਨਾ ਉਹਨੂੰ ਸਮਝ ਆਵੇ ਵੀ ਪੱਠੇ ਕਿਹੜੇ ਆ ਤੇ ਬੁਸ਼ਾਰਤ ਦੇ ਬਾਲ ਕਿਹੜੇ ਆ ਉਹ ਤੇ ਦਿਲ ਕਰੇ ਮੈਨੂੰ ਪੱਠਾ ਨਾ ਮੈਨੂੰ ਵੀ ਖੇਚ ਲਵੇ ਫੇਰ ਕੌਣ ਜ਼ਿੰਮੇਦਾਰ ਆ ਤੇਰਾ ਦਿਮਾਗ ਠੀਕ ਆ ਕਿ ਤਾ ਕਿੱਲਾ ਬਣਨ ਕਿ ਤਾ ਕਿੱਲਾ ਠੋਗਾ ਪੁੱਤਰੀ ਦਾ ਇਹ ਆ ਕੇ ਆਕੜ-ਆਕੜ ਕੇ ਅੰਦਰ ਨੂੰ ਮੂੰਹ ਕਰਕੇ ਨਾ ਆਪਣੇ ਵਾਲ ਨੂੰ ਕਹੀਂ ਕਿ ਓਏ ਇਹ ਨਾ ਸਮਝਿਓ ਕਿ ਬੁਸ਼ਾਰਤ ਵੇਲਾ ਆ ਆ ਦੇਖ ਲਓ ਮੰਜੇ ਤੇ ਬੈਠਾ ਵੀ ਪੈਸੇ ਕਮਾਉਣ ਡਿਆ ਪਾਥੀਆਂ ਤੋਂ ਆ ਆਕੜ-ਆਕੜ ਕੇ ਮੁੰਡਿਆਂ ਨਾਲ ਗੱਲਾਂ ਕਰੀ ਜਿਹੜਾ ਰਿਸ਼ਤੇਦਾਰ ਆਏਗਾ ਉਹਨੂੰ ਕਿਆ ਕਰੀਂ ਅੱਜਕੱਲ ਮੇਰੀ ਪਾਥਿਓਂ ਕੀ ਸ਼ੋਰੂਮ ਹੈ ਮੇਰਾ ਤੋਂ ਪਲੀਜ਼ ਜ਼ਰਾ ਵਿਜ਼ਿਟ ਕੀਜੀਏਗਾ ਆ ਇਦਾਂ ਹੀ ਹੋਗਾ ਫਿਕਰ ਨਾ ਕਰ ਪਰ ਜਦੋਂ ਮੈਂ ਮੂੰਹ ਅੰਦਰ ਕਰਕੇ ਕਹਿਣ ਲੱਗਣਾ ਨਾ ਮੇਰਾ ਸਾਹਮਣੇ ਘਰ ਹੋਣਾ ਇਹਨੇ ਕਿਉਂ ਉਹਨਾਂ ਕਮਸ ਕਮ ਨੂੰ ਸਟੇਸ਼ਨ ਤੋਂ ਵੀ ਗਾਂ ਲੈ ਕੇ ਗਈ ਤੇ ਗਈ ਹੋਣੀ ਆ ਪਾਲੀਆਂ ਪਾਲੀਆਂ ਹੋਣੀਆਂ ਰਾਤ ਨੂੰ ਇਦਾਂ ਕਰੀ ਨਾ ਜਦੋਂ ਕੰਮ ਤੋਂ ਵਾਪਸ ਆਏਗਾ ਨਾ ਤੋ ਆ ਕੇ ਮੈਂ ਮੇਰੇ ਇੱਥੇ ਪਤਰਾ ਨੂੰ ਪੁੱਛੀ ਨਾ ਵੀ ਇੱਥੇ ਮੇਰੀ ਮੱਝ ਬੱਜੀ ਸੀ ਉਹ ਕਿੱਥੇ ਆ ਉਹ ਕੋ ਤੈਨੂੰ ਪੋਤਰੀ ਦੇ ਫੜ ਕੇ ਕੁੱਟਣਗੇ ਕਿ ਸਾਡਾ ਪਿਓ ਕਿੱਥੇ ਆ ਉਹ ਕਥਿਆ ਤੇਰੀ ਮੱਝ ਲਾ ਗਈ ਤੂੰ ਕਿ ਤੇਰਾ ਪਿਓ ਸਾਡੀ ਮੱਝ ਲਾ ਕੇ ਆਉ ਕਹਣਗੇ ਸਾਡੀ ਤੇਰੀ ਮੱਝ ਸਾਡਾ ਪਿਓ ਲਾ ਗਈ ਲਖ ਲਾਲਾ ਤੇ ਤੇਰੇ ਫੜੇ ਮੂ ਤੇਰੇ ਕਿਲੇ ਤੇ ਇਹ ਆ ਕਿ ਆ ਆ ਆ ਕੋ ਅੱਗੇ ਤੁਰ ਪੰਦਾ ਮੈਨੂੰ ਉੱਥੋਂ ਹੀ ਆਪਣੀ ਲੋਕੇਸ਼ਨ ਵਟਸਐਪ ਕਰ ਦਿਆ ਕਰ ਰਹੀ ਜਿੱਥੇ ਵੀ ਤੁਸੀਂ ਤੁਸੀਂ ਤੇ ਮੱਝ ਕਾਇਮ ਪਜ਼ੀਰ ਹੋਵੋਗੇ ਦੋਨੋਂ ਆਜਾ ਅਗਦੇ ਕੈਂਪ 'ਤੇ ਰਹੋਗੇ ਤਾਂ ਤੁਹਾਨੂੰ ਲੋਕੇਸ਼ਨ ਛਡਾਂਗਾ ਨਾ ਤੇ ਜੇ ਅਸੀਂ ਦਫਨਾਣ ਪਜ਼ੀਰ ਹੋ ਗਏ ਤਾਂ ਲਾਲਤਾ ਤੇ ਮਾਰਿਆ ਤੇ ਰੱਤ ਭਾਗ ਨਹੀਂ ਕੰਮ ਕਰਦਾ ਯਾਰ ਦੌੜ ਦੀ ਬਹੁਤ ਆ ਮੱਝ ਤੇ ਇਹ ਆ ਕਿ ਜਿਹੜੇ ਦੌੜੇ ਤੇ ਬਾਹਾਂ ਇੰਜ ਫੜ ਲੈਣੀਆਂ ਘੁੱਟ ਕੇ ਆਈ ਸ਼ਾਬਾਸ਼ ਤੇ ਨਾਲੇ ਇਹ ਆ ਕਿ ਗਲੀ ਗਲੀ ਮੁਹੱਲੇ ਮੁਹੱਲੇ ਫਰੇ ਹਾਂ ਨਾਲੇ ਨਿਆਣਿਆਂ ਕੋ ਪੰਜ ਪੰਜ ਰੁਪਏ ਲੈ ਕੇ ਤੁਹਾਨੂੰ ਕਹੋ ਜੀ ਤੁਹਾਨੂੰ ਉਂਠਾ ਵਾਲੇ ਝੂਟੇ ਦੇ ਕੇ ਜਾਂਦੇ ਨਾ ਆਜੋ ਮੈਂ ਮੰਜਾ ਝੂਟਾ ਦੇਵਾਂ ਤੁਹਾਨੂੰ ਵਾ 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 ਤੇ ਨਾਲ ਮੱਝ ਨੂੰ ਸੋਟੀ ਨਾਲ ਹੱਕੀ ਗੇ ਆਰਾਮ ਨਾਲ ਤਿੰਨੇ ਆਣੇ ਬਿਠਾਏ ਹੋਏ ਚਾਰ ਪੈਸੇ ਜੁੜੰਗੇ ਤੇ ਉਸੇ ਮੰਜੇ ਨੂੰ ਪੜੂਏ ਲੋਆ ਲਈਏ ਤੋ ਕਬਾੜ ਮਾਰਕੀਟੋਂ ਨਾ ਰਬੜ ਦੇ ਬਹੁਤ ਸੋਨੇ ਪਈਏ ਮਿਲਦੇ। ਉਹ ਰਾਮਨ ਲੁਆਏ ਤੇ ਸਾਰਾ ਦਿਨ ਗਲੀ ਗਲੀ ਆਪ ਵੀ ਨਾਲ ਝੂਟੇ ਲਘੂਟੇ ਮਾਟੇ ਝੂਟੇ ਮਾਟੇ ਹੂ ਤੇ ਮਾਟੇ ਰਿਆ ਕੋਸ ਲੱਗਦਾ ਮਾਟਿਆ ਝੂਟਾ ਤੇ ਇਹ ਆ ਕਿ ਜਿਹੜੀਆਂ ਸੁੱਕੀਆਂ ਪਾਥੀਆਂ ਹੋਣ ਇਹ ਤੇਰੀ ਮਾਝ ਤੋਂ ਬਧੌੜ ਦੀ ਬਾਤ ਬਹੁਤ ਦੜਦੀ ਬਹੁਤ ਦੜਦੀ ਭਾਈ ਤੋ ਚੋਨਾ ਪੇ ਮਾ ਲੰਮਾ ਪਿਆ ਘੜੀ ਮੁੜੀ ਇਹੀ ਚਾਤੀ ਮਾਰੀ ਜਾਮਾ ਵੀ ਇਹਨੇ ਜੋ ਕਰਤੇ ਨਹੀਂ ਪਾਏ ਹੋਏ ਦੌੜਨ ਦਾ ਮੋੜ ਤਾਂ ਨਹੀਂ ਕਿਤੇ ਹਾਂ ਦੌੜਦੀ ਬਹੁਤ ਆ ਤੇ ਮੈਨੂੰ ਐਦਾ ਕਰਨਾ ਪਏ ਮੇਰੀ ਮੰਜੀ ਨੂੰ ਵੀ ਪਈਆ ਲਵਾ ਦੇ ਕਿਉਂਕਿ ਉਹਨੇ ਤਾਂ ਦੌੜੀ ਜਾਣਾ ਮੈਂ ਉੱਪਰ ਉੱਪਰ ਕੇ ਕੰਦਾ ਜੇ ਵੱਜਦੇ ਹੋਣਾ ਇਹ ਆ ਕੇ ਚਾਚਾ ਬਿਸ਼ਾਰਤ ਸਵੇਰੇ ਉੱਠਿਆ ਸੁੱਕੀਆਂ ਉੱਠਿਆ ਗਿਆ ਤੇ ਭੋਤਰੀ ਤੇ ਆ ਜਾ ਉੱਠਿਆ ਗਿਆ ਤੇ ਮੇਰੇ ਆਉਣ ਤੋਂ ਪਹਿਲੇ ਨਾ ਚਾਚਾ ਬਿਸ਼ਾਰਤ ਹਾਂ ਮੈਂ ਬਹੁਤ ਹੋਇਆ ਹੋਣਾ ਥੱਲੇ ਆ ਕੇ ਤੂੰ ਆਪਣੀ ਮੰਜੀ ਦੇ ਉੱਤੇ ਆਪਣੀ ਦੁਕਾਨਦਾਰੀ ਪਾਥੀਆਂ ਵਾਲੀ ਸਜਾਈ ਹੋਣੀ ਆ ਪਾਥੀਆਂ ਦੀ ਆ ਹਾਂ ਤੋ ਮਤਲਬ ਕਿ ਉਹਨੂੰ ਕਹਿਣਾ ਜੀ ਕਿ ਇਹ ਹੈਗੀਆਂ ਬਿਲਕੁਲ ਸੁੱਕੀਆਂ ਹਾਂ ਇਹ ਸੁੱਕ ਗਿੱਲੀਆਂ ਹਾਂ ਆ ਬਿਲਕੁਲ ਗਿੱਲੀਆਂ ਜੇ ਤਾਂ ਹੁਣੇ ਹੀ ਬਾਲੜੀਆਂ ਤੇ ਆ 500 ਦੀਆਂ 100 ਆ ਹਾਂ ਜੇ ਸਵੇਰੇ ਬਾਲਣੀਆਂ ਤਾਂ ਇਹ ਸੈਂਟਰ ਵਾਲੀਆਂ ਉੱਤੋਂ ਸੁੱਕੀਆਂ ਤਾਂ ਵਿੱਚੋਂ ਗਿੱਲੀਆਂ ਤੇ ਆ ਜਿਹੜੀਆਂ ਹੈਗੀਆਂ ਇਹ ਬਿਲਕੁਲ ਗਿੱਲੀਆਂ ਇਹ ਤੁਸੀਂ ਆਪਣੇ ਘਰ ਰੱਖ ਕੇ ਸੁਕਾ ਲਈਓ ਠੀਕ ਹੈ ਨਾ ਤਿੰਨ ਤਰ੍ਹਾਂ ਦੇ ਸੌਦੇ ਹੋਣੇ ਤੁਹਾਡੇ ਕੋ ਤੇ ਮੇਰੇ ਆਉਣ ਤੋਂ ਪਹਿਲੇ ਮੰਜੇ ਤੇ ਸਾਰੀਆਂ ਚਿਣੀਆਂ ਹੁਣ ਪਾਥੀਆਂ ਤੇ ਚਾਚਾ ਬਿਸ਼ਾਰਤ ਪਾਥੀਆਂ ਤੇ ਸੈਂਟਰ 'ਚ ਇੰਜ ਬਹਿ ਕੇ ਨਾ ਐਨੂੰ ਮੂੰਹ ਕੀਤਾ ਉਹ ਜਿਵੇਂ ਬੰਦਾ ਰੇੜੇ ਤੇ ਬੰਦਾ ਤੇ ਰਾਮਨਾਇਕ ਭੌਂਕਲਾ ਭੌਂਕਲਾ ਮੈਂ ਸੌਂਦਾ ਇੱਕ ਨਾ ਪੱਖੀ ਲੈ ਕੇ ਉਹ ਰਾਮਨਾ ਉੱਤੇ ਚੱਲੀ ਗਿਆ ਜਿਵੇਂ ਖਜੂਰਾਂ ਲੱਗੀਆਂ ਹੁੰਦੀਆਂ ਐਦਾਂ ਹਾਂ ਪਾਥੀਆਂ 'ਨ ਮੱਖੀ ਨਾ ਨਾ ਬੈਠੇ ਐਦਾਂ ਸੌਦਾ ਲੈਣਾ ਨਹੀਂ ਕਿਸੇ ਰੇ ਅਗਲੇ ਕਹਿਣਗੇ ਮੱਖੀਆਂ ਵਾਲੀਆਂ ਪਾਥੀਆਂ ਵੇਚਦਾ ਅਜੇ ਧੀ ਤਗੜੀ ਤੋਂ ਮੱਝ ਦੱਸਦਾ ਨਾ ਕੱਟੀ ਤੋ ਤਖੜੀ ਮੱਝ ਦੱਸਣਿਆ ਹੁਣਾਂ ਪਤਾ ਕੀ ਆ ਉਹਦੀਆਂ ਇੰਨੀਆਂ ਕ ਪਾਥੀਆਂ ਪੰਜ ਜਾਣੀਆਂ ਵੀ ਮੈਨੂੰ ਪੌੜੀ ਲਾ ਕੇ ਵੀ ਚੁੱਕੜਣਾ ਪਾਣਾ ਮੰਜੀ ਤੇ ਅੱਛਾ ਬਲਾ ਮੜ ਜਾ ਲਾ ਤੱਕ ਕਰ ਯਾਰ ਮੇਰੀ ਕੋ ਮੰਜੀ ਆ ਬ ਮੁੜ ਕੇ ਮੈਂ ਕਿਥੋਂ ਬੰਡਾਉਂਦਾ ਫਿਰੂ ਬਸ ਇਹ ਆ ਕਿ ਪਾਥੀ ਚ ਕੀੜਾ ਨਹੀਂ ਭੈਣ ਦੇਣਾ ਪਾਥੀਓ ਮੈਨੂੰ ਤੂੰ ਬੜੇ ਮਾਕੇ ਲਾ ਕੇ ਮਰੂਤ ਲਾ ਕੇ ਦੇ ਲਗਾ ਜ਼ਾਦ ਕਸ਼ਮੀਰ ਤੇ ਪਰ ਮੈਂ ਮੰਜੀ ਦੇ ਸਜਾ ਲਵਾ ਪਾਠੀਆਂ ਗਿੱਲੀਆਂ ਤੇ ਸੁੱਕੀਆਂ ਪਾਥੀਆਂ ਦਰਫੜਮ ਹੋਵੇ ਯਾਰ ਤੇਰੇ ਤੇ ਉਹਨਾਂ ਨਾਲੇ ਉਹਨਾਂ ਨੂੰ ਕਹਿਣਾ ਜੀ ਕਿ ਤਾਜ਼ਾ ਵੀ ਸਹੂਲਤ ਮੇਰੇ ਕੋਲ ਮੌਜੂਦ ਆ। ਮਾ ਮਾ ਜੇ ਕਿਸੇ ਨੇ ਬਣੀਆਂ ਪਾਥੀਆਂ ਨਹੀਂ ਲੈਣੀਆਂ ਤੇ ਰਾ ਮਟੀਰੀਅਲ ਵੀ ਲੈ ਸਕਦਾ। ਆਪਣੀ ਮਰਜ਼ੀ ਦੀਆਂ ਪਾਥੀਆਂ ਕ੍ਰੀਏਟ ਕਰ ਲੋ। ਓਏ ਓਏ ਤੂੰ ਛਾੜੇ ਡਾੜੂ ਇਹ ਬਾ ਇਦਾਂ ਹੀ ਕਰਦਾ ਮੈਂ ਸਿੱਧਾ ਮੈਨੂੰ ਪਤਾ ਕੀ ਕਰਦਾ। ਉਹ ਥੱਲੇ ਉਹਨਾਂ 200 ਰੁਪਏ ਦੀਆਂ ਲਾਚੀਆਂ ਵੀ ਪਾ ਦੇਣਾ ਪਾਥੀਆਂ 'ਚ ਤੇਰੀ 'ਚ। ਵੱਡੀ ਦਾਲ ਚੀਨੀ ਵੀ ਪਾ ਦੇਣਾ। ਚਾਵਲਾ ਜਾਂਦੇ ਆ ਉੱਤੇ ਖੋਪਰਾ ਵੀ ਪਾ ਦੇਣਾ ਆ ਖੋਪਰੇ ਵਾਲੀ ਪਾਥੀ ਆ ਜੀ ਇਹ ਆ ਜਿਹੜੀ ਲਾਚੀਆਂ ਲਿਆ ਆ ਸਾਰੀਆਂ ਪਾਥੀਆਂ ਜਿਹੜੀਆਂ ਆ ਗਿਆ ਇਹ 500 ਰੁਪਏ ਕਿਲੋ ਤੇ ਆ ਆ ਜਿਹੜੀਆਂ ਨਾ ਇਹ ਕਹੇ ਕੰਮ ਦੀਆਂ ਨਹੀਂ ਦੋ ਫਟਾਵੇਂ ਹੋਵੇ ਕਿ ਕਿੱਡੇ ਮੈਨੂੰ ਸਵੀਟ ਹਾਊਸ ਬਣਾ ਕੇ ਦੇਣਿਆ ਤੂੰ ਚਾਵਲਾ ਬਾੜੇ ਦਾ ਪੁੱਤਰੀ ਦਾ ਮੁਰਦਾ ਹੀ ਨਹੀਂ ਪੇਰ ਉਹ ਤੇ ਬਕ ਬੁੱਕੇ ਹਰ ਬਕਵਾਸ ਕਰੀ ਜਾਂਦਾ ਕੀ ਕਹੀ ਜਾਂਦਾ ਕਾ 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 ਆ ਵਖੀਰ ਤੇ ਆ ਕੇ ਤੇਰ ਕੋ ਹਾਰ ਆ ਜਾਂਦਾ ਮ ਮਾਰਾ ਤੇਰਾ ਖੁੱਥੇ ਦੋ ਤੇ ਤੱਬੀਆਂ ਸੈਟ ਕਰਦਾ ਤੇਰੇ ਉਹ ਨਾ ਨਾ ਕਦਾਂ ਘਰ ਖੋਲ ਕੇ ਹੱਦ ਆ ਟਾਲਾ ਛੋਰ ਗਿਆ ਬਤਾ ਬਤਾ ਛਟਾ ਝੋਟਾ